ਅੱਜ ਤੋਂ ਤੀਜੇ ਮਿਲਟਰੀ ਲਿਟਰੇਚਰ ਫੈਸਟੀਵਲ ਦੀ ਸ਼ੁਰੂਆਤ ਹੋ ਚੁੱਕੀ ਹੈ। ਦੋ ਦਿਨਾਂ ਚੱਲਣ ਵਾਲੇ ਇਸ ਮਿਲਟਰੀ ਫੈਸਟ ਦੇ ਵਿੱਚ ਇੱਕ ਵਾਰ ਫਿਰ ਜਿਹੜੇ ਲੋਕਾਂ ਨੂੰ ਜਿਹੜਾ ਮਿਲਟਰੀ ਦੀ ਜਿਹੜੀ ਇਕਿਉਪਮੈਂਟਸ ਉਹਦੇ ਨਾਲ ਰੂਬਰੂ ਹੋਣ ਦਾ ਮੌਕਾ ਮਿਲ ਰਿਹਾ। ਤੁਸੀਂ ਵੇਖ ਸਕਦੇ ਹੋ ਕਿ ਵੈਪਨ ਅਤੇ ਇਕਿਉਪਮੈਂਟ ਡਿਸਪਲੇ ਦਾ ਇੱਕ ਇੱਥੇ ਜਿਹੜਾ ਇੱਕ ਵਾਰ ਫਿਰ ਇੱਥੇ ਜਿਹੜਾ ਪ੍ਰਦਰਸ਼ਨ ਕੀਤਾ ਗਿਆ ਤਾਂ ਕਿ ਜਿਹੜੇ ਆਮ ਆਦਮੀ ਆਮ ਨਾਗਰਿਕ ਹੈ ਉਹ ਮਿਲਟਰੀ ਦੀ ਤਾਕਤ ਨੂੰ ਦੇਖ ਸਕਣ ਕਿ ਕਿਸ ਤਰੀਕੇ ਨਾਲ ਉਹ ਹਥਿਆਰ ਕਿਹੜੇ ਕਿਹੜੇ ਹਥਿਆਰ ਯੂਜ਼ ਕਰਦੇ ਨੇ। ਤੁਸੀਂ ਵੇਖ ਸਕਦੇ ਹੋ ਕਿ ਇੱਥੇ ਜਿਹੜਾ ਹਥਿਆਰਾਂ ਦਾ ਪੂਰਾ ਡਿਸਪਲੇ ਕੀਤਾ ਗਿਆ ਹੈ ਜਿਹਦੇ ਵਿੱਚ ਜਿਹੜੇ M16 ਤੋਂ ਲੈ ਕੇ ਇਹ ਦੇਖੋ ਤੁਸੀਂ 9 mm ਜਿਹੜੇ CMG ਵੈਪਨ ਹੈਗਾ ਉਹਦੇ ਨਾਲ ਨਾਲ ਹੋਰ ਜਿਹੜੀਆਂ 7.62 mm ਦੀ AK-47 ਹੈਗੀ ਹੈ। ਇਸ ਤੋਂ ਇਲਾਵਾ ਜਿਹੜੇ ਹੋਰ ਵੀ ਜਿਹੜੇ ਇਕਿਉਪਮੈਂਟਸ ਹੈਗੇ ਹੈ ਉਹਨਾਂ ਨੂੰ ਇੱਥੇ ਯੂਜ਼ ਕੀਤਾ ਗਿਆ ਹੈ ਅਤੇ ਜੇ ਲੋਕ ਇੱਥੇ ਆ ਕੇ ਜਿਹੜੇ ਦੇਖ ਰਹੇ ਨੇ ਕਿ ਕਿਵੇਂ ਕਿੰਨੀ ਸਾਡੀ ਜਿਹੜੀ ਫੌਜ ਦੀ ਤਾਕਤ ਹੈ ਅਤੇ ਉਸ ਫੌਜ ਦੀ ਤਾਕਤ ਹੈ ਜਿਸ 'ਤੇ ਅਸੀਂ ਮਾਣ ਕਰਦੇ ਹਾਂ ਉਹ ਇੱਥੇ ਡਿਸਪਲੇ ਕੀਤਾ ਗਿਆ ਹੈ, ਹਥਿਆਰ ਇੱਥੇ ਡਿਸਪਲੇ ਕੀਤੇ ਗਏ ਨੇ ਤਾਂ ਕਿ ਲੋਕ ਦੇਖ ਸਕਣ ਸਾਡੀ ਜਿਹੜੀ ਹੈ ਹਥਿਆਰੇ ਦੀ ਜਿਹੜੀ ਤਾਕਤ ਹੈ ਉਹ ਕਿਸ ਤਰੀਕੇ ਦੀ ਤਾਕਤ ਹੈਗੀ ਹੈ। ਉਹ ਲੋਕਾਂ ਨੂੰ ਜਾਣੂ ਕਰਾਉਣ ਲਈ ਇਹ ਜਿਹੜਾ ਲਿਟਰੇਚਰ ਫੈਸਟੀਵਲ ਕਰਵਾਇਆ ਜਾਂਦਾ ਹੈ ਹਰ ਸਾਲ ਅਤੇ ਇੱਕ ਵਾਰ ਫਿਰ ਇੱਥੇ ਜਿਹੜਾ ਸੈਕਿੰਡ ਸਿੱਖ ਰੈਜੀਮੈਂਟ ਵੱਲੋਂ ਜਿਹੜਾ ਇੱਥੇ ਆਪਣੇ ਹਥਿਆਰਾਂ ਦਾ ਜਿਹੜਾ ਡਿਸਪਲੇ ਕੀਤਾ ਗਿਆ। ਤੁਸੀਂ ਵੇਖ ਸਕਦੇ ਹੋ ਕਿ ਇੱਥੇ ਹਥਿਆਰਾਂ ਦਾ ਪੂਰਾ ਜਿਹੜਾ ਡਿਸਪਲੇ ਕੀਤਾ ਗਿਆ ਜਿਹਦੇ 'ਚ ਆਪਣੀ ਜਿਹੜੇ ਹਥਿਆਰ ਹੈਗੇ ਲੇਟੈਸਟ ਕਿਸਮ ਦੇ ਜਿਹੜੀ ਇਕਿਉਪਮੈਂਟਸ ਹੈਗੀ ਹੈ ਜਿਹੜੀ ਯੂਜ਼ ਹੁੰਦੀ ਹੈ ਤੁਸੀਂ ਵੇਖ ਸਕਦੇ ਹੋ। ਸਾਡੇ ਨਾਲ ਸੁਰਿੰਦਰ ਪਾਲ ਜੀ ਹੈਗੇ ਸੈਕਿੰਡ ਸਿੱਖ ਰੈਜੀਮੈਂਟ ਤੋਂ, ਉਹਨਾਂ ਨੂੰ ਗੱਲ ਕਰਦੇ ਹਾਂ। ਸਰ ਜਿਹੜੇ ਇਕਿਉਪਮੈਂਟਸ ਲਗਾਏ ਹੈ ਵੈਪਨਸ ਲਗਾਏ ਹੈ ਕਿਹੜੇ ਕਿਹੜੇ ਵੈਪਨਸ ਹੈਗੇ ਹੈ ਜਿਹਨੂੰ ਲੋਕ ਇੱਥੇ ਦੇ? ਇਹ ਸਾਡੇ ਕੋਲ ਜਿਹੜੇ ਵੀ ਇਨਫੈਂਟਰੀ ਬਟਾਲੀਅਨ ਦੇ ਪੂਰੇ ਵੈਪਨ ਹੈ, ਪਰਸਨਲ ਵੈਪਨ, ਸਪੋਰਟ ਵੈਪਨ, ਐਂਟੀ ਟੈਂਕ ਹਥਿਆਰ, ਹੋਰ ਜੋ ਨਿਊ ਵਰਜਨ ਇਕੁਪਮੈਂਟ ਔਰ ਹਥਿਆਰ ਆ ਰੱਖੇ ਉਹ ਪੂਰੇ ਡਿਸਪਲੇ ਕੀਤੇ ਗਏ। ਲੋਕਾਂ ਨੂੰ ਦਿਖਾਉਣ ਲਈ ਕਿ ਕਿਸ ਤਰੀਕੇ ਦੀ ਸਾਡੀ ਤਾਕਤ ਹੈ ਉਹ ਮੇਨ ਮਕਸਦ ਹੈ। ਬਿਲਕੁਲ ਜੀ, ਤਾਂ ਕਿ ਲੋਕਾਂ ਨੂੰ ਵੀ ਆਪਣੀ ਸੈਨਾ ਦੇ ਉੱਤੇ ਵਿਸ਼ਵਾਸ ਬਣਿਆ ਰਹੇ ਕਿ ਸਾਨੂੰ ਕੋਈ ਵੀ ਇਹੋ ਜਿਹੀ ਗੱਲਬਾਤ ਨਹੀਂ ਹੈ ਕਿ ਸਾਡੀ ਸੈਨਾ ਦੇ ਕੋਲ ਫਾਇਰ ਪਾਵਰ ਬਹੁਤ ਜ਼ਿਆਦਾ ਹੈ। ਅਸੀਂ ਕੁਛ ਹਥਿਆਰ ਚਾਹਵਾਂਗੇ ਕਿ ਸਾਨੂੰ ਸਾਡੇ ਦਰਸ਼ਕਾਂ ਨੂੰ ਤੁਸੀਂ ਕੁਛ ਹਥਿਆਰ ਦਿਖਾਓ ਤਾਂ ਕਿ ਅਸੀਂ ਵੀ ਆਪਣੇ ਕੈਮਰੇ ਰਾਹੀਂ ਉਹਨਾਂ ਨੂੰ ਦਿਖਾ ਪਾਈਏ ਕਿ ਕਿਸ ਤਰੀਕੇ ਦੀ ਸਾਡੇ ਕੋਲ ਜਿਹੜੀ ਹੈ ਹਥਿਆਰੇ ਦੀ ਸ਼ਕਤੀ ਹੈਗੀ ਹੈ। ਅਸੀਂ ਇਹ ਕਿਹੜਾ ਵੈਪਨ ਹੈਗਾ? ਇਹ ਜੀ 40 mm ਮਲਟੀ ਸ਼ਾਟ ਗ੍ਰਨੇਡ ਲਾਂਚਰ ਹੈ, ਇਹ ਸਾਊਥ ਅਫਰੀਕਾ ਤੋਂ ਖਰੀਦਿਆ ਗਿਆ ਹੈ। ਇਹ ਰਿਵਾਲਵਰ ਦੇ ਸਿਧਾਂਤ ਪਰ ਕੰਮ ਕਰਤਾ ਹੈ, ਇਸਕੇ ਸਾਥ ਹਮ ਪੁਆਇੰਟ ਟਾਰਗੇਟ ਔਰ ਏਰੀਆ ਟਾਰਗੇਟ ਕੋ ਆਸਾਨੀ ਸੇ ਬਰਬਾਦ ਕਰ ਸਕਦੇ ਹੈ। ਜੈਸੇ ਕਿ ਪਹਿਲੇ ਹਮ ਹਾਥ ਸੇ ਹੈਂਡ ਗ੍ਰਨੇਡ ਫੈਂਕ ਕਰ ਕਿਸੀ ਟਾਰਗੇਟ ਕੋ ਅੰਗੇਜ ਕਰਤੇ ਥੇ, ਉਸੀ ਟਾਰਗੇਟ ਕੋ ਹਮ ਸਿਸਤ ਲੇਕਰ ਆਸਾਨੀ ਸੇ ਦੂਰ ਸੇ ਬਰਬਾਦ ਕਰ ਸਕਦੇ ਹੈ। ਦੂਸਰੀ ਇਸਮੇਂ ਖਾਸੀਅਤ ਜੇ ਹੈ ਕਿ ਆਮ ਹਥਿਆਰੋਂ ਮੈਂ ਹਮ ਦੋਨੋਂ ਆਂਖ ਇੱਕ ਆਂਖ ਬੰਦ ਕਰਕੇ ਸਿਸਤ ਲੇਕਰ ਫੈਰ ਕਰਦੇ ਸੀ, ਮੈਂ ਦੋਨੋਂ ਆਂਖ ਖੁੱਲ੍ਹੀ ਰੱਖ ਕਰ ਫੈਰ ਕਰ ਸਕਦੇ ਹੈ। ਅਤੇ ਇਹ ਕਿਸੇ ਯੁੱਧ ਦੇ ਵਿੱਚ ਹਲੇ ਤੱਕ ਯੂਜ਼ ਹੋਈ ਹੈ? ਇਹ ਨਹੀਂ, 97 ਕੇ ਬਾਅਦ 99 ਮੈਂ ਹਮਾਰੇ ਪਾਸ ਆਇਆ ਜੀ, ਲੇਕਿਨ CIU ਆਪਰੇਸ਼ਨ ਮੈਂ ਕਾਫੀ ਕਾਰਗਰ ਹੋ ਰਿਹਾ ਹਥਿਆਰ ਹਮਾਰੇ ਪਾਸ ਜੀ। ਇਹ ਜਿਹੜੀ ਹੈਗੀ ਹੈ ਜਿਹੜੀ 84 mm ਰਾਈਫਲ ਹੈਗੀ ਇਹ ਕੀ ਹੈਗਾ? ਇਹ 84 mm RR ਰੋਕਟ ਲਾਂਚਰ ਹੈ ਜੀ, ਜੇ ਹਮਾਰੇ ਦੇਸ਼ ਕਾ ਬਣਾ ਹੋਇਆ ਹੈ, ਪਹਿਲੇ ਹਮ ਇਸੇ ਸਵੀਡਨ ਸੇ ਖਰੀਦਿਆ, ਵੀ ਹਮਾਰਾ ਦੇਸ਼ ਕੋ ਪ੍ਰੋਡਕਟ ਕਰ ਰਿਹਾ, ਜੇ ਐਂਟੀ ਟੈਂਕ ਵੈਪਨ ਹੈ, ਐਂਟੀ ਟੈਂਕ ਕੇ ਸਾਥ ਸਾਥ ਹਮ ਇਸਕੋ ਪੈਦਲ ਸੈਨਾ ਕੇ ਬਰਖਲਾਬ ਇਸਤੇਮਾਲ ਕਰ ਸਕਦੇ ਹੈ, ਇਸਕੇ ਸਾਥ ਧੂੰਆਂ ਕਰਨੇ ਕੀ ਔਰ ਰੋਸ਼ਨੀ ਕਰਨੇ ਕੀ ਸ਼ਮਤਾ ਵੀ ਹਮ ਰਾਤ ਕੇ ਸਮੇਂ ਅੰਧੇਰੇ ਮੇਂ ਇਸਕਾ ਰਾਉਂਡ ਫੈਰ ਕਰਕੇ 2100 meters ਤੱਕ ਇਲਾਕੇ ਕੋ ਰੋਸ਼ਨ ਕਰਕੇ ਦੂਸਰੇ ਥਰੋਂ ਸੇ ਫੈਰ ਕਰ ਏਮਡ ਫੈਰ ਕਰ ਸਕਦੇ ਹੈ। ਅਸੀਂ ਵੇਖ ਰਹੇ ਹਾਂ ਕਿ ਹੋਰ ਵੀ ਕਾਫੀ ਸਾਰੇ ਇੱਥੇ ਜਿਹੜੇ ਵੱਡੇ ਹਥਿਆਰ ਹੈ ਜਿਹਨਾਂ ਬਾਰੇ ਲੋਕ ਕਾਫੀ ਉਤਸੁਕ ਹੁੰਦੇ ਜਾਣਨ ਲਈ ਜਿਹੜੇ ਕਿ ਯੂਜ਼ ਹੁੰਦੇ ਨੇ, ਇਹ ਕੀ ਹੈਗਾ ਇਹਦੇ ਬਾਰੇ? ਇਹ ਸਰ ਹੈਗਾ ATGM ਐਂਟੀ ਟੈਂਕ ਗਾਈਡ ਮਿਜ਼ਾਈਲ। ਅੱਛਾ, ਇਹ ਕੀ ਹੈ ਕਿ ਆਪਾਂ ਲੜਾਈ ਦੇ ਦੌਰਾਨ ਦੁਸ਼ਮਣ ਦੇ ਟੈਂਕਾਂ ਦੇ ਖਿਲਾਫ ਇਹਦਾ ਇਸਤੇਮਾਲ ਕਰਦੇ ਹਾਂ, ਅਤੇ ਇਹਦੋਂ ਆਪਾਂ ਲੰਬੇ ਤੋਂ ਲੰਬੇ ਰੇਂਜ 'ਤੇ 2 to 4 km ਰੇਂਜ 'ਤੇ ਆਪਾਂ ਦੁਸ਼ਮਣ ਦਾ ਟੈਂਕ ਇੰਗੇਜ ਕਰਕੇ ਉਹਨੂੰ ਬਰਬਾਦ ਕਰ ਸਕਦੇ ਹਾਂ। ਇਹ ਬੇਸਿਕਲੀ ਕਿਹੜੀ ਏਰੀਆ 'ਚ ਜ਼ਿਆਦਾ ਯੂਜ਼ ਹੁੰਦਾ? ਇਹ ਦਰਅਸਲ ਸਰ ਜਿੱਦਾਂ ਆਪਣਾ ਪੰਜਾਬ ਏਰੀਆ, ਪਲੇਨ ਏਰੀਆ ਜਿਹੜਾ ਵੀ ਹੈਗਾ ਜਾਂ ਰਾਜਸਥਾਨ ਏਰੀਆ, ਉਹਦੇ ਵਿੱਚ ਆਪਾਂ ਇਹਨੂੰ ਯੂਜ਼ ਕਰਕੇ ਦੁਸ਼ਮਣ ਦੀ ਜਿਹੜੀ ਟੈਂਕਾਂ ਦੀ ਹਰਕਤ ਉਹ ਪਲੇਨ ਏਰੀਆ 'ਚ ਤਕਰੀਬਨ ਹੁੰਦੀ ਹੈ। ਮਤਲਬ ਬਾਰਡਰ ਏਰੀਆ ਨੂੰ ਬਾਰਡਰ ਏਰੀਆ ਨੂੰ ਯੂਜ਼ ਕਰਦੇ ਸਰ, ਪਲੇਨ ਏਰੀਆ ਬਾਰਡਰ ਏਰੀਆ ਉਹਤੇ ਯੂਜ਼ ਕਰਕੇ ਇਹਨੂੰ ਟੈਂਕਾਂ ਦੇ ਵਰਖਲਾਫ ਯੂਜ਼ ਕਰਦੇ ਜ਼ਿਆਦਾ। ਅਤੇ ਲੋਕਾਂ ਤੁਸੀਂ ਤੁਹਾਡੇ ਕੋਲ ਲੋਕ ਆ ਰਹੇ ਪੁੱਛਣ ਲਈ, ਕਾਫੀ ਉਤਸੁਕਤਾ ਤੁਹਾਨੂੰ ਦਿਖ ਰਹੀ ਹੈ ਹਥਿਆਰਾਂ ਬਾਰੇ ਪੁੱਛਣੇ, ਕਿਸ ਤਰੀਕੇ ਨਾਲ ਫੀਲਿੰਗ ਆ ਰਹੀ ਹੈ? ਕਿਉਂਕਿ ਲੋਕ ਤੁਹਾਨੂੰ ਦੇਖ ਕੇ ਕਾਫੀ ਜ਼ਿਆਦਾ ਪ੍ਰਾਊਡ ਫੀਲ ਕਰ ਰਹੇ ਕਿ ਸਾਡੇ ਕੋਲ ਇੰਨੀ ਵੱਡੀ ਸ਼ਕਤੀ ਹੈਗੀ ਹੈ, ਅਤੇ ਇਸੀ ਸ਼ਕਤੀ ਦੇ ਵਿਆਪ 'ਤੇ ਅਸੀਂ ਅੱਜ ਸੁਰੱਖਿਅਤ ਮਹਿਸੂਸ ਕਰਦੇ ਹਾਂ, ਕੀ ਕਹਿਣਾ ਚਾਹੋ? ਹਾਂਜੀ, ਇਹ ਜਿਹੜੇ ਆਪਣੇ ਆ ਰਹੇ ਆਪਣੇ ਸਾਨੂੰ ਪੁੱਛ ਰਹੇ ਨੇ, ਆਪਾਂ ਉਹਦੇ ਬਾਰੇ ਨੂੰ ਦੱਸ ਰਹੇ ਹਾਂ ਕਿ ਇਹ ਹਥਿਆਰ ਸਾਨੂੰ ਕੀ ਹੈ ਕਿ ਇੰਨੇ ਰੇਂਜ ਤੱਕ ਆਪਾਂ ਇਹਦਾ ਫਾਇਦਾ ਲੈ ਸਕਦੇ ਹਾਂ। ਅੱਜ ਦੇ ਦੌਰ 'ਚ ਆਪਣੇ ਕੋਲ ਟੈਕਨੋਲੋਜੀ ਬਹੁਤ ਜ਼ਿਆਦਾ ਇੰਡੀਆ ਕੋਲ ਵੀ, ਅਤੇ ਯਾਨੀ ਕਿ ਆਪਾਂ ਕਿਸੇ ਵੀ ਦੇਸ਼ ਨਾਲ ਜਿਹੜੇ ਆਪਣੇ ਪੜੋਸੀ ਦੇਸ਼ ਨੇ ਜਿਹੜੇ ਸਾਡੇ ਕੁਛ ਐਸੇ ਚੱਲ ਰਹੇ ਨੇ ਮਿਸ ਪੁਆਇੰਟ ਕੁਛ ਹੋ ਰਹੇ ਨੇ ਵਿੱਚ ਵਿੱਚ, ਅਤੇ ਆਪਾਂ ਉਹਦੇ ਖਿਲਾਫ਼ ਅਗਰ ਕੋਈ ਇਹੋ ਜਿਹਾ ਆਉਣ ਵਾਲੇ ਟਾਈਮ 'ਚ ਹੋ ਸਕਦਾ ਤਾਂ ਆਪਾਂ ਤਾਂ ਬਦਲਾ ਦੇ ਸਕਦੇ ਹਾਂ ਆਰਾਮ ਤੋਂ।
बिल्कुल, तुम सुनिया कि ये सानू दस रहे थे इक्विपमेंट्स बारे, तुम वेख सकते हो कि सारी जी इतने साड़ी जी हाई टेक्नोलॉजी जी रेंजिस की जी हथियार है वो इतने जो डिस्प्ले किए गए हैं, जो अमूमन असी युद्ध वेले जो असी देखते हैं कि जो युद्ध चल रहे होंगे उत्थे दिखते हैं, लेकिन ये साड़ी सैन्य शक्ति हैगी है तो जिन्हों को इस तरीके के जोड़े हथियार है जिस नाल सानू मान भी महसूस होंगे तो ये सारे इतने जोड़े डिस्प्ले किए गए हैं। ये तुम एक दूरबीन हैगी है इन्होंने गल करते हैं। हरविंदर जी ये की हैगा असं जानना चाहवा? ये 81 एमएम मोटर है, इन्हू बटालीयन के शहीद तोपखाने के नाम जाने जाता। अच्छा, यदि रेंज 5200 मीटर तक रेंज है, तो 3 प्रकार का मिशन फायर कर सकते आप जिहड़ा दुश्मन को खत्म करने लई हुंदा। एच ई हो गया स्मोक ते इल्यूमिनेशन। स्मोक देंदे समय अपनी जो ट्रुप जा रही हरकत नूं लुकाउण वास्ते जां दुश्मन नाल लगाओ हो गया उहनूं तोड़न वास्ते आपां स्मोक फायर करदे, ते रात दे समय अगर दुश्मन नूं आपां देखना चाहते हैं भी कितने हरकत कर रहे हो तो जब सपोर्ट वैपन का फायर छोटे वैपन का फायर कराना तो रात के समय इल्यूमिनेशन फायर कराते हैं जो कि 800 मीटर के डाइज में रोशनी देता 20 सैकंड के लिए, तो ये ज़्यादा करके LC एरिए चलता है। ਇਹਦੇ ਨਾਲ ਜਿਹੜਾ ਕਿੰਨੀ ਜ਼ਿਆਦਾ ਇਹਦੀ ਸ਼ਮਤਾ ਹੈਗੀ ਹੈ ਜਿਹੜੀ ਵਾਰ ਕਰਨ ਦੀ, ਇਹਦੀ ਸ਼ਮਤਾ ਕਿੰਨੀ? 1 ਮਿੰਟ ਵਿੱਚ ਆਪਾਂ 20 ਰਾਉਂਡ ਫਾਇਰ ਕਰ ਸਕਦੇ ਇਹਦੇ ਨਾਲ। ਹਾਂਜੀ, ਅਤੇ 5.5 ਮੀਟਰ ਦਾ ਜਿਹੜਾ ਰੇਡੀਅਸ ਹੈ ਉਹਦੇ ਨਾਲ ਇਹ ਕਿਲਿੰਗ ਏਰੀਆ ਯਾਨੀ ਕਿ ਮੰਨਿਆ। ਇਸ ਤਰੀਕੇ ਦਾ ਜਿਹੜਾ ਮੋਟਾਰ ਇਹ ਜਾਂਦਾ ਹੈ? ਮੋਟਾਰ ਇਸ ਪ੍ਰਕਾਰ ਦਾ ਹੀ ਹੁੰਦਾ ਹੈ ਜਿਹੜਾ ਇਹ ਗਾਹਾਂ ਪੂਰਾ ਹੀ ਜਾਂਦਾ ਫਾਇਰ ਦੇ ਦੌਰਾਨ। ਹਾਂਜੀ, ਇਹ ਪੂਰਾ ਪੂਰਾ ਨਸ਼ਟ ਹੋ ਜਾਂਦਾ ਅਤੇ ਛੋਟੇ ਸਪਲੈਂਡਰਾਂ 'ਚ ਕਨਵਰਟ ਹੋ ਜਾਂਦਾ ਅਤੇ ਜੋ ਕਿ ਦੁਸ਼ਮਣ ਨੂੰ ਮਾਰ ਕੇ ਆਉਂਦਾ ਜਾ ਕੇ। ਜ਼ਿਆਦਾਤਰ ਕਿੱਥੇ ਕਿਹੜੀ ਏਰੀਆਜ਼? ਜ਼ਿਆਦਾ ਕਰਕੇ ਜੰਮੂ ਕਸ਼ਮੀਰ ਦੇ ਏਰੀਏ 'ਚ LC ਦੇ ਏਰੀਏ 'ਚ ਜਾਂਦੇ ਆ। ਬਿਲਕੁਲ, ਤੁਸੀਂ ਸੁਣਿਆ ਕਿ ਇਹ ਹੋਰ ਵੀ ਇੱਥੇ ਕਾਫੀ ਸਾਰੇ ਜਿਹੜੇ ਇੱਥੇ ਇਕਿਉਪਮੈਂਟਸ ਹੈਗੇ ਵੈਪਨਸ ਇੱਥੇ ਲਗਾਏ ਗਏ ਨੇ। ਤੁਸੀਂ ਵੇਖ ਸਕਦੇ ਹੋ ਪ੍ਰੋਜੈਕਟਰ ਹੈਗਾ ਜਿਹੜਾ ਕਿ ਦੂਰ ਤੱਕ ਜਿਹੜਾ ਨਿਸ਼ਾਨਾ ਸਾ ਸਕਦਾ ਹੈ ਪੂਰਾ ਇਹਨਾਂ ਕੋਲ ਜਿਹੜੇ ਇਹਨਾਂ ਦੇ ਡਿਸਪਲੇ ਹੁੰਦੇ ਆ ਜਾਂ ਜਿਹੜਾ ਇਕਿਉਪਮੈਂਟਸ ਹੁੰਦੇ ਆ ਗੱਲ ਕਰਦੇ ਆ। ਹਰਪ੍ਰੀਤ ਜੀ ਕੀ ਚੀਜ਼ ਹੈ? ਇਹ BFSR ਹੈ, ਬੈਟਲ ਫੀਲਡ ਸਰਵੇਲੈਂਸ ਡਰ। ਇਹ 18 ਕਿਲੋਮੀਟਰ ਤੱਕ ਐਕੂਰੇਟ ਡਿਟੈਕਟ ਕਰਦਾ ਹੈ। ਇਹਦੇ ਜਿਵੇਂ ਲੜਾਈ ਦੇ ਸਮੇਂ ਲਈ ਇਨਫੈਂਟਰੀ ਲਈ ਇਸਤੇਮਾਲ ਕੀਤਾ ਜਾਂਦਾ ਹੈ। ਇਹਦੇ ਨਾਲ ਜਿਵੇਂ ਲੜਾਈ ਦੇ ਸਮੇਂ ਅਸੀਂ ਬਾਰਡਰ ਏਰੀਆ 'ਤੇ ਲਾ ਲੈਂਦੇ, ਉੱਥੋਂ ਇਹ ਡਿਟੈਕਟ ਕਰਦੇ ਹਾਂ ਦੁਸ਼ਮਣ ਦੇ ਟੈਂਕ ਆਪਣੀ ਤਰਫ ਆ ਰਹੇ ਆ, ਦੁਸ਼ਮਣ ਆ ਰਿਹਾ ਹੈ, ਜਾਂ ਕੋਈ ਹਰਕਤ ਹੋ ਰਹੀ ਹੈ, ਜਾਂ ਉਹਨਾਂ ਦੇ ਹੈਲੀਕਾਪਟਰ ਉਡਾਨ ਭਰ ਰਹੇ ਆ, ਉਹਨਾਂ ਨੂੰ ਡਿਟੈਕਟ ਕਰਦੇ ਅਤੇ ਉਹਨਾਂ ਦੀ ਦੂਰੀ ਦੱਸਦਾ ਸਾਡੇ ਤੋਂ ਕਿੰਨੇ ਮੀਟਰ ਦੂਰ ਆ। ਇਹ ਇਨਕੋਡ ਹੁੰਦੀ ਹੈ ਇਹਦੇ 'ਚ ਜਿਹੜੀ ਤੁਹਾਡੇ ਕੋਲ ਇਨਫੋਰਮੇਸ਼ਨ ਡਿਕੋਡ ਹੋ ਕੇ ਤੁਹਾਡੇ ਕੋਲ ਆਉਂਦੀ ਹੈ? ਇਹ ਕਿਰਣਾ ਸੁੱਟਦੀ ਹੈ। ਅੱਛਾ, ਇਹ ਸੈਂਸਰ ਇਹਦਾ। ਅੱਛਾ, ਇਹ ਵੇਵ ਸੁੱਟਦਾ ਹੈ, 2 ਤੋਂ 3 ਸਕਿੰਟਾਂ 'ਚ ਵੇਵ ਇਹਦੀ ਵਾਪਸ ਆਉਂਦੀ ਹੈ। ਅੱਛਾ, ਫਿਰ CDU ਵਿੱਚ ਫੀਡ ਹੁੰਦੀ ਹੈ, ਕੰਟਰੋਲ ਡਿਵਾਈਸ ਯੂਨਿਟ, ਉਹ 'ਚ ਮੈਪ ਫੀਡ ਹੁੰਦਾ ਹੈ, ਉਹਦੇ 'ਤੇ ਜੀਅਰ ਦੱਸਦਾ ਹੈ, ਫਿਰ ਉਸ ਜੀਅਰ ਦਾ ਅਸੀਂ ਲਾ ਕੇ ਮੋਟਰ 'ਚ ਉਹ ਤੋਂ ਬੰਬ ਸੁੱਟ ਸਕਦੇ ਉਹਨਾਂ 'ਤੇ। ਬਿਲਕੁਲ, ਤੁਸੀਂ ਸੁਣਿਆ ਕਿ ਇਹ ਰਡਾਰ ਸਿਸਟਮ ਸੀਗਾ ਕਿ ਕਿਸ ਤਰੀਕੇ ਨਾਲ ਇੱਥੇ ਕੰਮ ਕਰਦਾ, ਨਾ ਸਿਰਫ ਬਲਕਿ ਛੋਟੇ ਹਥਿਆਰ ਬਲਕਿ ਇੱਥੇ ਵੱਡੇ ਜਿਹੜੇ ਹਥਿਆਰ ਹੈਗੇ ਉਹ ਵੀ ਡਿਸਪਲੇ ਕੀਤੇ ਗਏ ਨੇ। ਤੁਸੀਂ ਵੇਖ ਸਕਦੇ ਹੋ ਇਹ ਬਫੋਰ ਗਨ ਜਿਹੜੀ ਇੱਥੇ ਰੱਖੀ ਗਈ ਹੈ, ਇਸ ਤੋਂ ਇਲਾਵਾ ਟੈਂਕ ਹੈ, ਜਿਹੜੇ ਮਲਟੀ ਟੈਂਕ ਜਿਹੜੇ ਮਿਸਾਈਲਸ ਹੈਗੀਆਂ ਉਹ ਇੱਥੇ ਹੈਗੀਆਂ। ਕਾਫੀ ਚੰਗਾ ਜਿਹੜਾ ਡਿਸਪਲੇ ਲੋਕਾਂ ਲਈ ਇੱਥੇ ਕੀਤਾ ਗਿਆ। 2 ਦਿਨਾਂ ਲਈ ਲੋਕ ਜਿਹੜੇ ਇੱਥੇ ਪਹੁੰਚੇ ਨੇ ਉਹ ਇਸ ਤਰੀਕੇ ਦੇ ਇਕਿਉਪਮੈਂਟਸ ਨੂੰ ਉਹ ਦੇਖ ਰਹੇ ਨੇ ਤਾਂ ਕਿ ਉਹਨਾਂ ਨੂੰ ਪਤਾ ਲੱਗ ਸਕੇ ਕਿ ਸਾਡੇ ਕੋਲ ਕਿੰਨੀ ਜਿਹੜੀ ਸਾਡੀ ਜਿਹੜੀ ਤਾਕਤ ਹੈਗੀ ਸੈਨਾ ਦੀ ਉਹ ਕਿੰਨੀ ਵੱਡੀ ਤਾਕਤ ਹੈ, ਕਿ ਕਿਵੇਂ ਇਹ ਜਿਹੜੇ ਹਥਿਆਰ ਹੈ ਉਹ ਯੂਜ਼ ਹੁੰਦੇ ਨੇ। ਅਤੇ ਇਹ ਅਸੀਂ ਗੱਲ ਕਰਦੇ ਹਾਂ ਪ੍ਰਦੀਪ ਕੁਮਾਰ ਜੀ ਹੈਗੇ। ਪ੍ਰਦੀਪ ਜੀ ਕੀ ਕਿਆ ਇਕਿਉਪਮੈਂਟਸ ਹੈ ਇਸਕੇ ਬਾਰੇ? ਇਹ ਆਰਮੀ ਏਅਰ ਡਿਫੈਂਸ ਕਾ L-70 ਗਨ ਹੈ। ਇਸਕਾ ਮੇਨ ਰੋਲ ਹੈ ਕਿ ਦੁਸ਼ਮਨ ਕਾ ਜੋ ਹਵਾਈ ਹਮਲਾ ਹੋਤਾ ਹੈ ਉਸਕੋ ਰੋਕਨਾ ਹੈ, ਇਸਸੇ ਹਮ ਦੁਸ਼ਮਨ ਕਾ ਏਅਰਕ੍ਰਾਫਟ ਕੋ ਮਾਰਤੇ ਇਸੇ। ਤੋ ਇਹ ਕਹਾਂ ਕੌਨ ਸੇ ਏਰੀਆ ਮੇਂ ਜ਼ਿਆਦਾ ਜੋ ਹੈ ਇਹ ਲਗਤਾ ਹੈ ਯੂਜ਼ ਹੋਤਾ ਹੈ? ਅਬ ਇਹ ਗਵਰਨਮੈਂਟ ਡਿਸਾਈਡ ਕਰਤਾ ਹੈ ਕਿ ਕੌਨ ਸੀ ਜਗ੍ਹਾ ਕੋ ਏਅਰ ਪ੍ਰੋਟੈਕਸ਼ਨ ਦਰਕਾਰ ਹੈ, ਕਿਸ ਕੋ ਜ਼ਿਆਦਾ ਪ੍ਰੋਟੈਕਸ਼ਨ ਚਾਹੀਏ, ਏਅਰ ਡਿਫੈਂਸ ਜਿਸ ਕੋ ਜ਼ਰੂਰਤ ਹੈ ਉਸ ਜਗ੍ਹਾ ਪੇ ਹਮ ਜਾ ਕੇ ਡਿਪਲੇ ਹੋ ਜਾਤੇ ਹੈ ਔਰ ਉਸ ਜਗ੍ਹਾ ਕੋ ਹਮ ਪ੍ਰੋਟੈਕਸ਼ਨ ਦੇਤੇ ਹੈ। ਤੋ ਇਹ ਕਿਤਨੀ ਇਹ ਸਿੰਗਲ ਹੈਂਡਿੰਗ ਹੈਂਡਲਿੰਗ ਹੋਤਾ ਹੈ ਜਾਂ ਡਬਲ ਹੈਂਡਲਿੰਗ? ਇਸਕਾ ਕ੍ਰਿਊਜ਼ 6 ਲੋਗ ਇਸਕੋ ਹੈਂਡਲ ਕਰਤੇ ਹੈ। ਔਰ ਬੇਸਿਕਲੀ ਇਸਕਾ ਜੋ ਕੰਟਰੋਲ ਸਟੇਸ਼ਨ ਹੋਤਾ ਹੈ ਵੋ ਰਾਡਾਰ ਹੋਤਾ ਹੈ, ਪਿੱਛੇ ਲਗਾ ਰਹਤਾ ਹੈ ਔਰ ਰਿਮੋਟਲੀ ਇਸਕੋ ਕੰਟਰੋਲ ਕਰਤਾ ਹੈ। ਤੋ ਇਸਕੀ ਕਿਤਨੀ ਰੇਂਜ ਹੋਤੀ ਹੈ? ਇਹ ਅਗਰ ਆਪ ਰਿਮੋਟਲੀ ਇਸਕੋ ਕੰਟਰੋਲ ਕਰਤੇ ਤੋ 3.5 ਕਿਲੋਮੀਟਰ, ਅਗਰ ਇਹ ਮਾਨੁਅਲੀ ਹੋਤਾ ਹੈ ਤੋ 2 ਕਿਲੋਮੀਟਰ। ਔਰ ਇਹ ਕਿਆ ਚੀਜ਼ ਹੈ? ਸੇਮ ਚੀਜ਼ ਹੈ, ਸੇਮ ਗਨ ਹੈ, ਦੋਨੋਂ ਸੇਮ ਗਨ ਹੈ। ਕਿਆ ਨਾਮ ਕਿਆ ਇਨਕਾ? L-70। L-70, ਹਾਂ। ਤੁਸੀਂ ਸੁਣਿਆ ਕਿ ਇਹ ਸਾਨੂੰ ਮਿਲਟਰੀ ਅਫਸਰ ਇਹਦੇ ਬਾਰੇ ਜਾਣਕਾਰੀ ਦੇ ਰਹੇ ਸੀਗੇ ਕਿ ਕਿਸ ਤਰੀਕੇ ਨਾਲ ਇੱਥੇ ਜਿਹੜੀ ਸਾਡੀ ਸੈਨਿਕ ਤਾਕਤ ਹੈਗੀ ਹੈ ਉਸਨੂੰ ਇੱਥੇ ਲੋਕ ਦੇਖਣ ਆ ਰਹੇ ਨੇ। ਕੁਛ ਲੋਕ ਸਾਡੇ ਨਾਲ ਗੱਲ ਕਰਦੇ ਆ, ਇਹਨਾਂ ਨਾਲ ਕੀ ਨਾਮ ਹੈ ਤੁਹਾਡਾ? ਸਰ ਮੇਰਾ ਨਾਮ ਕਮਲ ਹੈ। ਕਮਲ, ਤੁਸੀਂ ਵੀ ਦੇਖਣ ਆਏ ਹੋ, ਦੇਖ ਰਹੇ ਹੋ ਕਿ ਸਾਡਾ
ਜਿਹੜੀ ਅਸੀਂ ਕਹਿੰਦੇ ਹਾਂ ਕਿ ਸਾਡਾ ਮਾਨ ਹੈਗੀ ਜਿਹੜੀ ਆਰਮੀ ਹੈਗੀ ਹੈ ਉਹ ਕਿਸ ਤਰੀਕੇ ਨਾਲ ਸਾਡੀ ਰੱਖਿਆ ਕਰਦੇ, ਕਿੰਨਾ ਕੁਛ ਉਹਨਾਂ ਕੋਲ ਹੈਗਾ? ਬਹੁਤ ਕੁਛ ਹੈ ਸਾਡੇ ਇੰਡੀਆ ਕੋਲ, ਬਹੁਤ ਨਵੀਂ ਤਕਨੀਕ ਆ ਗਈ, ਨਵੇਂ ਆਪਣੇ ਸਮਾਨ ਆ ਗਏ ਜਿਹੜਾ ਪਾਕਿਸਤਾਨ ਨੂੰ ਬਚਾ ਕੇ ਰੱਖ ਦੇਗਾ ਪਾਕਿਸਤਾਨ ਦੀ। ਬਹੁਤ ਮਜ਼ਾ ਆਉਂਦਾ ਦੇਖ ਕੇ ਇਹ ਚੀਜ਼ ਕਿ ਹੌਸਲਾ ਵੱਧਦਾ ਆਪਣਾ, ਸਾਡੇ ਬੱਚਿਆਂ ਦਾ ਔਰ ਜਵਾਨਾਂ ਦਾ ਹਰ ਇੱਕ ਦਾ ਹੌਸਲਾ ਵੱਧਦਾ ਕਿ ਸਾਡੀ ਆਰਮੀ ਇੱਕ ਇੰਨੀ ਤਕੜੀ ਆਰਮੀ ਹੈ, ਵਰਲਡ 'ਚ ਅਮੈਰੀਕਾ ਜਾਂ ਰੂਸ ਉਸ ਤੋਂ ਵੀ ਵਧੀਆ ਆਰਮੀ ਸਾਡੀ ਹੈ। ਗਰਵ ਮਹਿਸੂਸ ਹੁੰਦਾ ਬਹੁਤ ਜ਼ਿਆਦਾ, ਬਹੁਤ ਜ਼ਿਆਦਾ। ਥੈਂਕ ਯੂ। ਬਿਲਕੁਲ, ਤੁਸੀਂ ਸੁਣ ਸਕਦੇ ਹੋ ਕਿ ਜਿਹੜੇ ਇੱਥੇ ਲੋਕ ਇੱਥੇ ਦੇਖਣ ਆ ਰਹੇ ਨੇ, ਇਹ ਟੈਂਕ ਹੈਗਾ, ਕਾਫੀ ਭੀੜ ਇੱਥੇ ਦਿਖ ਰਹੀ ਹੈ। 2 ਦਿਨਾਂ ਲਈ ਲੋਕ ਇੱਥੇ ਆ ਕੇ ਇਹਨਾਂ ਹਥਿਆਰਾਂ ਨੂੰ ਦੇਖ ਸਕਦੇ ਨੇ, ਕਿਉਂਕਿ ਜਿਹੜੀ ਸਾਡੀ ਸੈਨਿਕ ਤਾਕਤ ਹੈ ਉਹਦਾ ਹੀ ਇੱਥੇ ਜਿਹੜਾ ਡਿਸਪਲੇ ਕੀਤਾ ਗਿਆ, ਇਕਿਉਪਮੈਂਟਸ ਇੱਥੇ ਲਗਾਏ ਗਏ ਨੇ। ਇਹ ਟੈਂਕ ਦੇ ਅੰਦਰ ਦੀ ਤੁਹਾਨੂੰ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਦੇ, ਅਮੂਮਨ ਇਹ ਤਸਵੀਰਾਂ ਸਾਨੂੰ ਨਹੀਂ ਦੇਖਣ ਨੂੰ ਮਿਲਦੀਆਂ, ਲੇਕਿਨ ਇੱਥੇ ਸਾਡੇ ਕੋਲ ਮੌਕਾ ਹੈਗਾ ਕਿ ਕਿਵੇਂ ਅਸੀਂ ਆਪਣੇ ਸੈਨਿਕ ਸ਼ਕਤੀ ਨੂੰ ਦੇਖ ਸਕੀਏ, ਸੈਨਿਕ ਹਥਿਆਰਾਂ ਨੂੰ ਦੇਖ ਸਕੀਏ, ਤਾਂ ਕਿ ਜਿਹੜੇ ਯੁੱਧ ਵੇਲੇ ਚੀਜ਼ਾਂ ਇਸਤੇਮਾਲ ਹੁੰਦੀਆਂ ਲੋਕ ਉਹਦੇ ਬਾਰੇ ਜਾਣ ਸਕਣ ਕਿ ਕਿੰਨਾ ਕਿਸ ਤਰੀਕੇ ਦੀ ਚੀਜ਼ਾਂ ਨੂੰ ਇਸਤੇਮਾਲ ਕਰਕੇ ਸਾਨੂੰ ਜਿਹੜੀ ਹੈ ਸਾਡੀ ਰੱਖਿਆ ਕੀਤੀ ਜਾਂਦੀ ਹੈ। ਸਾਡੇ ਨਾਲ ਜਤਿੰਦਰ ਸ਼ਰਮਾ ਜੀ ਹੈਗੇ ਨਾਲ ਗੱਲ ਕਰਦੇ। ਜਤਿੰਦਰ ਜੀ, ਇਹ ਜੋ ਟੈਂਕ ਹੈ ਇਹ ਕਹਾਂ ਕਹਾਂ ਕਾਮ ਆਤਾ ਹੈ ਔਰ ਕਿਆ ਇਸਕੀ ਵਜ੍ਹਾ? ਇਹ ਰਾਜਸਥਾਨ ਇਲਾਕੇ ਮੇਂ ਰੇਤੀਲੇ ਰਕਮ ਜ਼ਿਆਦਾ ਕਾਮ ਆਤਾ ਹੈ ਔਰ ਉਧਰ ਉਸਕੇ ਲਈ ਬਣਾਇਆ ਗਿਆ, ਡੈਜ਼ਰਟ ਕੇ ਲਈ ਬਣਾਇਆ ਗਿਆ ਹੈ। ਤੋ ਇਸੀ ਮੇਂ ਕਿਤਨੇ ਲੋਕ ਇੱਕ ਸਾਥ ਬੈਠ ਸਕਦੇ? 10 ਲੋਕ ਬੈਠ ਸਕਦੇ ਇਸਕੇ ਅੰਦਰ। ਹਾਂਜੀ। ਤੋ ਇਹ ਵਹੀ ਪੇ ਜ਼ਿਆਦਾ ਬਾਰਡਰ ਏਰੀਆ ਪੇ ਹੀ ਇਸਕੋ ਯੂਜ਼ ਕੀਆ ਜਾਤਾ ਹੈ? ਹਾਂਜੀ, ਰੇਗਿਸਤਾਨ ਮੇਂ। ਰਾਜਸਥਾਨ ਮੇਂ, ਰੇਗਿਸਤਾਨ ਕੇ ਲਈ ਬਣਾਇਆ ਗਿਆ ਹੈ। ਅੱਛਾ। ਬਸ ਯੂਜ਼ ਕਰ ਸਕਤੇ ਹੈਂ ਔਰ ਵੀ ਕਹੀਂ, ਅਬ ਗਲੇਸ਼ੀਅਰ ਮੇਂ ਵੀ ਹੈ, ਹਰ ਜਗ੍ਹਾ ਯੂਜ਼ ਕਰ ਰਹੇ ਹੈਂ ਇਸੇ, ਲੇਕਿਨ ਜ਼ਿਆਦਾਤਰ ਰੇਗਿਸਤਾਨ ਕੇ ਲਈ ਬਣਾਇਆ ਗਿਆ ਹੈ। ਹਮ ਥੋੜਾ ਸਾ ਵਰਕਿੰਗ ਜਾਨਣਾ ਚਾਹੇਂਗੇ ਇਸ ਟੈਂਕ ਕੇ ਬਾਰੇ ਮੇਂ। ਇਹ MPVS ਵਹੀਕਲ ਹੈ, ਮਤਲਬ ਇਹ ਕਿਆ ਹੈ, ਪਾਣੀ ਮੇਂ ਚਲ ਸਕਤਾ ਹੈ, ਫਲੋਟ ਕਰ ਸਕਤਾ ਹੈ ਔਰ ਜ਼ਮੀਨ ਪੇ ਵੀ ਚਲ ਸਕਤਾ ਹੈ। ਜ਼ਮੀਨ ਪੇ 60 ਕਿਲੋਮੀਟਰ ਪ੍ਰਤੀ ਘੰਟੇ ਕੀ ਸਪੀਡ ਸੇ ਚਲ ਸਕਤਾ ਔਰ ਪਾਣੀ ਕੇ ਅੰਦਰ 7 ਕਿਲੋਮੀਟਰ ਔਰ ਕ੍ਰੋਸ ਕੰਟਰੀ ਮੇਂ 40 ਸੇ 45 ਕਿਲੋਮੀਟਰ ਔਰ ਇਸਕੇ ਅੰਦਰ ਉਹ ਮਿਜ਼ਾਈਲ ਲਗੀ ਹੈ, ਉਸਕਾ ਰੇਂਜ 4 ਕਿਲੋਮੀਟਰ ਹੈ, ਜੋ ਟੈਂਕ ਕੇ ਬਰਖਿਲਾਫ ਫਾਇਰ ਕਰਤੇ ਹੈ, ਜੋ ਮੇਨ ਗਨ ਹੈ ਉਸਕਾ ਰੇਂਜ 4 ਕਿਲੋਮੀਟਰ ਹੈ, ਉਹ ਐਂਟੀ ਏਅਰਕ੍ਰਾਫਟ ਵੀ ਹੈ, ਏਅਰਕ੍ਰਾਫਟ ਉਡਾਣੇ ਕੇ ਲੀਏ ਔਰ ਇੱਕ ਇਸਕੇ ਸਾਥ ਮੇਂ ਸੈਕਿੰਡ ਅਰਮਾਮੈਂਟ 7.62 ਹੈ, ਜੋ ਨੋਰਮਲ ਫਾਇਰ ਕਰਨੇ ਕੇ ਲੀਏ 2 ਕਿਲੋਮੀਟਰ ਰੇਂਜ ਹੈ ਉਸਕਾ ਔਰ ਇਸਕੇ ਅੰਦਰ 10 ਬੰਦੇ ਬੈਠਤੇ ਹੈ, ਸਭਕੇ ਪਾਸ ਗਨ ਉਨਕੇ ਲੀਏ ਫਾਇਰ ਕੇ ਲੀਏ ਫਾਇਰ ਪੋਰਟੋਲ ਹੈ, ਅੰਦਰ ਸੇ ਫਾਇਰ ਕਰ ਸਕਤੇ ਹੈਂ। ਇਸਕੇ ਅੰਦਰ ਸੇ ਹੀ ਫਾਇਰ ਹੋਤਾ ਹੈ? ਹਾਂ ਜੀ। ਯੇ ਇਸਕੇ ਯੇ ਫਾਇਰ ਨਹੀਂ ਕਰ ਸਕਤੇ ਹੈਂ ਜੀ, ਟੈਲੀਸਕੋਪ ਦੇਖਨੇ ਕੇ ਲੀਏ ਉਨਕੇ ਜੀ। ਬਿਲਕੁਲ, ਤੁਸੀਂ ਵੇਖਿਆ ਕਿ ਇਹ ਟੈਂਕ ਦੇ ਅੰਦਰ ਦੀ ਤਸਵੀਰ ਹੈ ਜਿਹੜੀ ਕਿ ਅਕਸਰ ਚ ਸਾਨੂੰ ਇਹ ਦੇਖਣ ਨੂੰ ਨਹੀਂ ਮਿਲਦੀ। ਅੱਜ ਸਾਡੇ ਕੋਲ ਵੀ ਮੌਕਾ ਹੈ ਅਤੇ ਸਾਨੂੰ ਦਰਸ਼ਕਾਂ ਨੂੰ ਦਿਖਾਉਣ ਦਾ ਇੱਕ ਮੌਕਾ ਮਿਲਿਆ ਕਿ ਅਸੀਂ ਆਪਣੇ ਕੈਮਰੇ ਰਾਹੀਂ ਦਰਸ਼ਕਾਂ ਨੂੰ ਦਿਖਾ ਸਕੀਏ ਕਿ ਕਿੰਨੀ ਵੱਡੀ ਜਿਹੜੀ ਤਾਕਤ ਹੈ ਉਹ ਸਾਡੇ ਦੇਸ਼ ਦੀ ਆਰਮੀ ਕੋਲ ਹੈਗੀ, ਮਿਲਟਰੀ ਕੋਲ ਹੈਗੀ ਹੈ। ਤੁਸੀਂ ਵੇਖ ਸਕਦੇ ਹੋ ਇਹਨਾਂ ਟੈਂਕਾਂ ਨੂੰ ਹੀ ਦੇਖ ਕੇ ਜਿਹੜਾ ਯੁੱਧ ਦੇ ਵਿੱਚ ਸਾਡੇ ਜਿਹੜੇ ਫੌਜ ਹੈ ਜਾਂਦੀ ਹੈ ਅਤੇ ਦੁਸ਼ਮਣ ਦੇ ਜਿਹੜੇ ਉਹ ਉਹਨਾਂ ਨੂੰ ਜਿਹੜੀ ਹਾਰ ਦਾ ਮੂੰਹ ਦਿਖਾਉਂਦੀ ਹੈ ਅਤੇ ਇਹ ਜਿਹੜਾ ਪੂਰਾ ਮਿਲਟਰੀ ਲਿਟਰੇਚਰ ਫੈਸਟੀਵਲ ਦਾ ਇੱਕ ਹਿੱਸਾ ਹੈਗਾ ਜਿਹਦੇ ਵਿੱਚ ਇਸ ਤਰੀਕੇ ਦੇ ਹਥਿਆਰਾਂ ਨੂੰ ਡਿਸਪਲੇ ਕੀਤਾ ਜਾ ਰਿਹਾ ਜਿੱਥੇ ਆਮ ਪਬਲਿਕ ਆ ਕੇ ਜਿਹੜੀ ਹੈ ਇਹਨਾਂ ਹਥਿਆਰਾਂ ਨੂੰ ਵੇਖ ਸਕਦੀ ਹੈ ਤਾਂ ਕਿ ਉਹਨਾਂ ਨੂੰ ਪਤਾ ਲੱਗ ਸਕੇ ਕਿ ਸਾਡੇ ਕੋਲ ਕਿੰਨੀ ਵੱਡੀ ਜਿਹੜੀ ਹੈ ਜਿਹੜੀ ਤਾਕਤ ਹੈਗੀ ਹੈ, ਅਸੀਂ ਕਿਸ ਤਰੀਕੇ ਨਾਲ ਜਿਹੜੇ ਆਪਣੇ ਦੇਸ਼ ਦੇ ਫੌਜੀਆਂ ਦੇ ਉੱਤੇ ਮਾਣ ਕਰਦੇ ਹਾਂ। ਇਸੀ ਚੀਜ਼ ਦੇ ਕਾਰਨ ਸਾਨੂੰ ਆਪਣੇ ਆਪ 'ਤੇ ਕਾਫੀ ਗਰਵ ਮਹਿਸੂਸ ਹੁੰਦਾ ਹੈ ਅਤੇ ਇੱਥੇ ਆ ਕੇ ਇੱਕ ਨਵੀਂ ਜਿਹੜੀ ਐਨਰਜੀ ਹੈ ਉਹ ਦੇਖਣ ਨੂੰ ਮਿਲਦੀ ਹੈ ਕਿ ਤਾਂ ਕਿ ਲੋਕਾਂ ਨੂੰ ਪਤਾ ਲੱਗਦਾ ਹੈ ਕਿ ਕਿਵੇਂ ਸਾਡੇ ਜਿਹੜੇ ਫੌਜੀ ਹੈਗੇ ਹੈ ਉਹ ਕਿਸ ਤਰੀਕੇ ਨਾਲ ਦਿਨ ਰਾਤ ਇੱਕ ਕਰਕੇ ਸਾਡੀ ਰੱਖਿਆ ਦੇ ਵਿੱਚ ਹਮੇਸ਼ਾ ਲੱਗੇ ਰਹਿੰਦੇ ਨੇ ਅਤੇ ਇਹਨਾਂ ਦੀ ਵਜ੍ਹਾ ਦੇ ਨਾਲ ਹੀ ਅਜੇ ਅਸੀਂ ਖੁਦ ਨੂੰ ਸੁਰੱਖਿਅਤ ਮਹਿਸੂਸ ਵੀ ਕਰਦੇ ਹਾਂ ਅਤੇ ਇੱਥੇ ਆ ਕੇ ਸਭ ਨੂੰ ਇਹੀ ਦੇਖਣ ਨੂੰ ਮਿਲ ਰਿਹਾ ਕਿ ਕਿਵੇਂ ਇਹ ਫੌਜੀਆਂ ਨੇ ਕਿਵੇਂ ਸਾਡੇ ਦੇਸ਼ ਦੀ ਰੱਖਿਆ ਕੀਤੀ ਹੈ ਅਤੇ ਇਹਨਾਂ ਹਥਿਆਰਾਂ ਦੇ ਨਾਲ ਹੀ ਅਸੀਂ ਖੁਦ ਨੂੰ ਸੁਰੱਖਿਅਤ ਮਹਿਸੂਸ ਵੀ ਕਰ ਰਹੇ ਹਾਂ। ਚੰਡੀਗੜ੍ਹ ਤੋਂ ਕੈਮਰਾਮੈਨ ਦੀਪਕ ਦੇ ਨਾਲ ਅੰਕੁਸ਼ ਮਹਾਜਨ, ਦੈਨਿਕ ਸਵੇਰਾ TV। ਦੈਨਿਕ ਸਵੇਰਾ ਇਸ ਵਾਰ ਨਿਕਲਿਆ ਇੱਕ ਅਜਿਹੇ ਪੈਂਡੇ 'ਤੇ ਜਿੱਥੋਂ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਰਿਵਾਰ ਸਮੇਤ ਚਾਲੇ ਪਾਏ, ਜਿੱਥੇ ਘਮਾਸਾਨ ਜੰਗਾਂ ਹੋਈਆਂ, ਜਿੱਥੇ ਪਰਿਵਾਰ ਦਾ ਵਿਛੋੜਾ ਪੈ ਗਿਆ। ਜਿੱਥੇ 10 ਲੱਖ ਫੌਜਾਂ ਦੇ ਨਾਲ ਲੜਦਿਆਂ ਵੱਡੇ ਸਾਹਿਬਜ਼ਾਦੇ ਤੇ 40 ਸਿੰਘ ਸ਼ਹਾਦਤ ਦਾ ਜਾਮ ਪੀ ਗਏ। ਜਿਨ੍ਹਾਂ ਰਾਹਾਂ ਤੇ ਦਾਦੀ ਮਾਂ ਦੇ ਨਾਲ ਚੱਲਦਿਆਂ
छोटे साहबजादियों का अडोल सिदक पोह दियां ठंडियां रातां भी मठियां कर गया। सो देखना ना भुलना शहीदी पेंडे दियां ओ छे रातां जिसने सिख कौम दे विच इक विलखण इतिहास सिरज दिता। सिर्फ ते सिर्फ दैनिक सवेरा ते हर रोज सवेरे 8 बजे।